ਇੱਕ ਅੰਗਰੇਜ਼ ਕਹਿੰਦਾ ਮੈਂ ਪੰਜਾਬੀ ਸਿੱਖਣੀ ਹੈ, ਉਹ ਮੇਰੇ ਵਰਗੇ ਨੂੰ ਕਹਿੰਦਾ ਕਹਿੰਦਾ ਮੈਨੂੰ ਪੰਜਾਬੀ ਸਿਖਾ ਦਿਓ। ਕਹਿੰਦਾ ਲੈ ਯਾਰ ਇਹ ਕੱਲ ਮਿੰਟ ਦੀ ਗੱਲ ਹੈ, ਤੈਨੂੰ ਸਿਖਾ ਦਿਆਂਗੇ। ਉਹ ਕਹਿੰਦਾ ਠੀਕ ਹੈ। ਉਹ ਕਹਿੰਦਾ ਗੱਲ ਸੁਣ ਲੈ ਮਾੜਾ ਜਿਹਾ, ਕਹਿੰਦਾ ਆਪਾਂ ਮੁੱਛਾਂ ਨੂੰ ਵੱਟ ਵੁੱਟ ਦੇ ਲਈਏ। ਕਹਿੰਦਾ ਇਹ ਵੱਟ ਦਾ ਕੀ ਮਤਲਬ ਹੈ? ਕਹਿੰਦਾ ਐਂ ਕਰਨਾ। ਅੱਛਾ ਕਹਿੰਦਾ ਯਾਰ ਕਮੀਜ਼ ਦੇ ਵੱਟ ਕੱਢ ਲਈਏ ਮਾੜੇ ਜੇ। ਕਹਿੰਦਾ ਇਹ ਵੱਟ ਕਹਿੰਦਾ ਕੱਪੜੇ ਨੂੰ ਪ੍ਰੈਸ ਕਰਨਾ। ਕਹਿੰਦਾ ਖੜ ਜਾ ਇੱਕ ਮਿੰਟ, ਕਹਿੰਦਾ ਮੈਂ ਰੱਸੀ ਵੱਟ ਕੇ ਦੇ ਦਿਆਂ। ਕਹਿੰਦਾ ਉਹ ਕੱਟੂ ਦੇ ਪਾਉਣੀ ਆ। ਉਹ ਕਹਿੰਦਾ ਇਹ ਵੱਟ ਦਾ ਕੀ ਮਤਲਬ? ਕਹਿੰਦਾ ਰੱਸੀ ਨੂੰ ਮੈਂ ਸਾਨ ਦੀ ਵੱਟਣੀ। ਕਹਿੰਦਾ ਉਹ ਜਿਹੜਾ ਸਾਹਮਣੇ ਬੰਦਾ ਆਉਂਦਾ, ਕਹਿੰਦਾ ਉਹ ਵੀ ਆਪਣੇ ਥੋੜੇ ਜਿਹਾ ਵੱਟ ਜਿਹਾ ਰੱਖਦਾ। ਕਹਿੰਦਾ ਵੱਟ ਆਪ ਉਹਦੇ ਵੀ ਕੱਢਣੇ ਨੇ। ਅੱਛਾ ਕਹਿੰਦਾ ਯਾਰ ਇੱਧਰ ਤਾਂ ਪਾਣੀ ਲੱਗਿਆ, ਕਹਿੰਦਾ ਆਪਾਂ ਵੱਟ ਵੱਟ ਚੱਲਾਂਗੇ। ਤੇ ਅੱਛਾ ਉਹ ਜੋ ਅੰਗਰੇਜ਼ ਆਕੜ ਜਾਏਗਾ, ਕਹਿੰਦਾ ਤੈਨੂੰ ਕੀ ਵੱਟ ਚੜਿਆ ਹੋਏ? ਇੱਕ ਅੰਗਰੇਜ਼ ਕਹਿੰਦਾ